ਸਵਾਗਤ ਕਰਦਾ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਇੱਕ ਨਵੀਂ ਸੀਰੀ ਸ਼ੁਰੂ ਕਰਨ ਜਾ ਰਹੇ ਹਾਂ ਅਸੀਂ ਜਿਸ ਵਿੱਚ ਕੇ ਅਨੰਦ ਸਾਹਿਬ ਜੜੀ ਕੇ ਬਾਣੀ ਅਸੀਂ ਹਰ ਰੋਜ਼ ਪੜ੍ਹਦੇ ਹਾਂ ਉਸ ਦੇ ਬਾਰੇ ਵਿਆਖਿਆ ਕਰਨਗੇ ਗਿਆਨੀ ਸ਼ਰਨਜੀਤ ਸਿੰਘ ਜੀ ਯਾਨੀ ਸ਼ਰਨਜੀਤ ਸਿੰਘ ਜੀ ਗੁਰਦੁਆਰਾ ਸਾਹਿਬ ਰੌ ਸਟਰੀਟ ਵੈਂਕੂਵਰ ਤੋਂ ਸਾਡੇ ਕੋਲ ਆਏ ਹੋਏ ਨੇ ਅਤੇ ਇਹ ਸਾਂਝ ਪਾਇਆ ਕਰਨਗੇ ਹਰ ਹਫ਼ਤੇ ਆ ਕੇ ਕਿ ਗੁਰਬਾਣੀ ਵਿੱਚ ਗੁਰੂ ਸਾਹਿਬ ਕੀ ਉਪਦੇਸ਼ ਕਰਦੇ ਨੇ ਬਾਣੀ ਤਾਂ ਅਸੀਂ ਬਹੁਤ ਪੜ ਲਈ ਪਰ ਹੁਣ ਸਮਾਂ ਹੈ ਕਿ ਉਸ ਨੂੰ ਵਿਚਾਰੀਏ ਵਿਚਾਰ ਕੇ ਜੋ ਕੁਝ ਲਿਖਿਆ ਗਿਆ ਹੈ ਉਸ ਨੂੰ ਗ੍ਰਹਿਣ ਕਰੀਏ ਅਤੇ ਆਪਣੇ ਜੀਵਨ ਵਿੱਚ ਲਿਆ ਕੇ ਉਸ ਨੂੰ ਰਿਫਲੈਕਟ ਕਰੀਏ ਆਪਣੇ ਕੈਰੈਕਟਰ ਦੇ ਥ ਆਓ ਸਵਾਗਤ ਕਰਦੇ ਹਾਂ ਗਿਆਨੀ ਜੀ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਤੇ ਅਨੰਦ ਸਾਹਿਬ ਜੀ ਦੀ ਵਿਆਖਿਆ ਦਾ ਅੱਜ ਤੋਂ ਇਹ ਨਵੀਂ ਸੀਰੀਜ਼ ਵਿੱਚ ਤੁਹਾਨੂੰ ਸ਼ਾਮਿਲ ਕਰਦੇ ਹਾਂ ਜੀ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ ਥੋੜਾ ਜਿਹਾ ਥੋੜਾ ਜਿਹਾ ਆਪਣੇ ਬਾਰੇ ਤੁਹਾਨੂੰ ਦਰਸ਼ਕਾਂ ਨੂੰ ਦੁਬਾਰਾ ਤੋਂ ਦੱਸ ਦਿਓ ਕਿ ਛੋਟੀ ਉਮਰੇ ਲਗਨ ਲੱਗ ਗਈ ਤੁਹਾਡੀ ਇਸ ਪਾਸੇ ਤੇ ਤੁਸੀਂ ਹੁਣ ਪ੍ਰਚਾਰ ਕਰ ਰਹੇ ਹੋ ਸਿੱਖੀ ਦਾ ਅੱਜ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਜਿਹਦੇ ਵਿੱਚ ਕਿ ਅਸੀਂ ਦੇਖ ਰਹੇ ਹਾਂ ਕਿ ਬਾਣੀ ਤਾਂ ਬਹੁਤ ਪੜੀ ਜਾ ਰਹੀ ਹੈ ਲੇਕਿਨ ਬਾਣੀ ਨੂੰ ਵਿਚਾਰ ਕੇ ਜਦੋਂ ਅਸੀਂ ਨਹੀਂ ਪੜਦੇ ਤਾਂ ਕੀ ਨੁਕਸਾਨ ਤੁਹਾਡੇ ਸਾਹਮਣੇ ਆ ਰਹੇ ਹੈਗੇ ਤੇ ਕਿਉਂਕਿ ਤੁਸੀਂ ਗੁਰਦੁਆਰੇ ਚ ਹੀ ਰਹਿ ਕੇ ਲੋਕਾਂ ਨਾਲ ਇੰਟਰੈਕਟ ਕਰਦੇ ਹੋ ਤਾਂ ਕੀ ਨਜ਼ਰ ਕੀ ਆਉਂਦਾ ਹੈ ਜੀ ਥੈਂਕ ਯੂ ਜੀ ਤੁਹਾਡਾ ਪਹਿਲਾਂ ਤਾਂ ਆਪਾਂ ਮੁੜ ਕੇ ਸਤਿ ਸ਼੍ਰੀ ਅਕਾਲ ਕਰ ਰਹੇ ਆ ਤੇ ਐਕਚੁਅਲੀ ਵਿੱਚ ਜੀ ਬਾਣੀ ਅਸੀਂ ਪੜ ਰਹੇ ਆ ਬਹੁਤ ਸਾਰਾ ਧਰਮ ਦੇ ਕਰਮ ਬਹੁਤ ਕਰ ਰਹੇ ਆ ਅਸੀਂ ਪਰ ਜੇ ਅਸੀਂ ਬਾਣੀ ਨੂੰ ਸਮਝਦੇ ਨਹੀਂ ਹੈ ਜੀ ਤਾਂ ਉਹਦਾ ਬਿਲਕੁਲ ਉਸੇ ਤਰ੍ਹਾਂ ਸ਼ਾਇਦ ਐਗਜ਼ਾਮਪਲ ਦੇ ਕੇ ਬੜਾ ਵਧੀਆ ਸਮਝ ਆ ਜਾਏਗਾ ਜਿਵੇਂ ਤੋਤੇ ਸੀਗੇ ਤੇ ਤੋਤਿਆਂ ਨੂੰ ਉਹ ਇਮਾਨੇ ਸਭ ਕੁਝ ਯਾਦ ਕਰਾਤਾ ਹੂੰ ਹੂੰ ਕਿ ਤੁਸੀਂ ਬੇਟਾ ਇਹ ਗੱਲ ਯਾਦ ਕਰ ਲੋ ਸ਼ਿਕਾਰੀ ਆਏਗਾ ਚੋਗਾ ਪਾਏਗਾ ਜਾਲ ਵਿਛਾਏਗਾ ਤੁਸੀਂ ਨਹੀਂ ਫਸਣਾ ਤੇ ਉਹਨਾਂ ਨੇ ਸਬਕ ਰਟ ਲਿਆ ਤੇ ਮਾਂ ਨੂੰ ਸੁਣਾਉਂਦੇ ਹੀ ਬੜਾ ਉੱਚੀ ਉੱਚੀ ਮਾਂ ਕਹਿੰਦੀ ਵਾਕਈ ਮੇਰੇ ਬੱਚੇ ਜਾਣਗੇ ਹੁਣ ਤੇ ਹੁਣ ਉਹ ਜਦੋਂ ਚੁਗਣ ਵਾਸਤੇ ਗਏ ਬਾਹਰ ਤੇ ਉਹਨਾਂ ਨੇ ਦੇਖਿਆ ਕਿ ਉੱਥੇ ਜਾਲ ਵਿਛਿਆ ਸੀ ਚੋਗਾ ਪਿਆ ਸੀ ਉਹਨੇ ਚੋਗਾ ਖਾਣ ਲੱਗੇ ਉਹ ਚੱਕਣ ਲੱਗੇ ਉਹਨੂੰ ਖਾਣ ਲੱਗੇ ਤੇ ਉਹ ਜਾਲ ਸ਼ਿਕਾਰੀ ਨੇ ਫਸ ਉਹਨਾਂ ਨੂੰ ਫੜ ਲਿਆ ਤੇ ਫੜੇ ਹੋਏ ਵੀ ਗਏ ਜਾਂਦੇ ਕਿ ਸ਼ਿਕਾਰੀ ਇਹ ਜਾਲ ਵਿਛਾਏਗਾ ਚੋਗਾ ਪਾਏਗਾ ਅਸੀਂ ਨਹੀਂ ਫਸਣਾ ਉਹ ਗਾਰੇ ਫਸੇ ਹੋਏ ਇਸੇ ਤਰ੍ਹਾਂ ਜੇ ਅਸੀਂ ਗੁਰਬਾਣੀ ਨੂੰ ਸਮਝਿਆ ਨਹੀਂ ਤੇ ਅਗਾਈ ਗਏ ਹਾਲਾਂਕਿ ਗੁਰਬਾਣੀ ਤੁਸੀਂ ਜੇ ਜਿੰਨੀ ਪੜਦਾ ਬੰਦਾ ਗਾਦਾ ਉਹ ਨੁਕਸਾਨ ਕੋਈ ਨਹੀਂ ਹੈਗਾ ਬਟ ਉਹ ਬੰਦਾ ਜੇ ਗਾ ਕੇ ਵੀ ਗਲਤ ਕੰਮ ਵਿੱਚ ਪਿਆ ਹੋਇਆ ਤਾਂ ਫਿਰ ਉਹ ਤੋਤੇ ਵਾਲੀ ਗੱਲ ਹੋਏਗੀ ਸਾਨੂੰ ਲੋੜ ਹੈ ਕਿ ਗੁਰਬਾਣੀ ਦਾ ਜੋ ਉਪਦੇਸ਼ ਹੈ ਉਸ ਨੂੰ ਆਪਣੇ ਜੀਵਨ ਉਤਾਰਨ ਕਰੀਏ ਨਹੀਂ ਤਾਂ ਬਾਣੀ ਸਤਿਗੁਰ ਦੇ ਪਵਨ ਬਚਨ ਇਹ ਵੀ ਹੈਗੇ ਕੇ ਪੜ ਪੜ ਗੱਡੀ ਲਦਦੀ ਐ ਪੜ ਪੜ ਭਜੀਆਂ ਸਾਥ ਭਾਈ ਪੜਨ ਦੇ ਨਾਲ ਕੇਵਲ ਪੜਨ ਦੇ ਨਾਲ ਲਿਪ ਸਰਵਿਸ ਤੁਸੀਂ ਕਹਿੰਦੇ ਹੋ ਉਹਦੇ ਨਾਲ ਨਹੀਂ ਗੱਲਬਾਤ ਨਹੀਂ ਗੱਲਬਾਤ ਨਹੀਂ ਅੰਦਰ ਜਿਵੇਂ ਤਰਨ ਦੇ ਨਾਲ ਠੀਕ ਸੋ ਅਨੰਦ ਸਾਹਿਬ ਦੀ ਬਾਣੀ ਦੀ ਵਿਆਖਿਆ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸੋ ਅਨੰਦ ਸਾਹਿਬ ਬਾਰੇ ਥੋੜਾ ਜਿਹਾ ਦੱਸ ਦਿਓ ਕਿ ਕਿਸ ਗੁਰੂ ਸਾਹਿਬ ਨੇ ਲਿਖੀ ਕੀਤੇ ਕਿੰਨਿਆਂ ਦੀ ਬਾਣੀ ਹੈ ਜੀ ਅਨੰਦ ਸਾਹਿਬ ਦੀ ਬਾਣੀ ਗੁਰਗੰਸਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਪੰਨੋਂ 917 ਤੋਂ ਲੈ ਕੇ 922 ਤੱਕ ਜਾਂਦੀ ਹੈ ਜੀ ਤੇ 923 ਤੱਕ ਇਹ ਬਾਣੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ ਜੀ ਤੇ ਇਸ ਬਾਣੀ ਵਿੱਚ ਇਹ ਰਾਮਕਲੀ ਰਾਗ ਦੇ ਵਿੱਚ ਹੈ ਹੂੰ ਹੂੰ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਸ ਬਾਣੀ ਦੇ ਵਿੱਚ ਹਾਲਾਂਕਿ ਸਾਰੀ ਬਾਣੀ ਦਾ ਸਿਧਾਂਤ ਤਾਂ ਇੱਕੋ ਹੀ ਹੈ ਕਿ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਪਰ ਸਤਿਗੁਰੂ ਜੀ ਨੇ ਬੰਦੇ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਕਿ ਕਿਸੇ ਤਰੀਕੇ ਨਾਲ ਵੀ ਇਹ ਸੱਚ ਦੇ ਨਾਲ ਜੁੜ ਜਾਏ ਠੀਕ ਇਹ ਜੋ ਉਹ ਗੁਨਾਹਾਂ ਵਿੱਚ ਪੈ ਕੇ ਰਬ ਨੂੰ ਪੁਲਾ ਕੇ ਕਰਮ ਕਾਂਡਾਂ ਵਿੱਚ ਪੈ ਕੇ ਸੱਚ ਤੋਂ ਟੁੱਟ ਕੇ ਬੁਰੇ ਕਰਮਾਂ ਵਿੱਚ ਪੈ ਕੇ ਦੁਖੀ ਹੋ ਰਿਹਾ ਹੈ ਕਿਸੇ ਵੀ ਤਰੀਕੇ ਨਾਲ ਇਸ ਨੂੰ ਸਮਝ ਆ ਜਾਏ ਕਿ ਮੈਂ ਪਰਮਾਤਮਾ ਦੀ ਅੰਸ਼ਾਂ ਤੇ ਮੈਂ ਆਪਣੇ ਜੀਵਨ ਵਿੱਚ ਸੱਚਾਈ ਲਿਆ ਕੇ ਸੱਚ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਸੁਖੀ ਹੋ ਸਕਦਾ ਸਤਗੁਰੂ ਨੇ ਉਹ ਤਰੀਕਾ ਅਪਣਾਇਆ ਜਿਵੇਂ ਕੋਈ ਬੰਦਾ ਬਿਮਾਰ ਹੋ ਜਾਏ ਨਾ ਤੇ ਉਹਦਾ ਠੀਕ ਹੋਣ ਦਾ ਕੋਈ ਚਾਂਸ ਨਾ ਹੋਵੇ ਜੀ ਡਾਕਟਰ ਆਪਣੀ ਪੂਰੀ ਵਾ ਲਾ ਦਿੰਦੇ ਆ ਭਾਵੇਂ ਉਹਦਾ ਆਪਰੇਸ਼ਨ ਕਰਨ ਇੰਜੈਕਸ਼ਨ ਲਾਉਣ ਨੂੰ ਬਲੱਡ ਦੇਣ ਨੂੰ ਕੋਈ ਵੀ ਦਵਾਈ ਸਾਰਾ ਕੁਝ ਕਰਦੇ ਆ ਜੀ ਰੀਜਨ ਕੀ ਹੈ ਕਿ ਉਹਦਾ ਕਾਜ ਇਹ ਹੈ ਕਿ ਭਾਈ ਇਹ ਬੰਦਾ ਠੀਕ ਹੋ ਜਾਏ ਇਸੇ ਤਰ੍ਹਾਂ ਸਤਗੁਰੂ ਨੇ ਵਖਰੀਆਂ ਵਖਰੀਆਂ ਬਾਣੀਆਂ ਰਚ ਕੇ ਵੀ ਲਾਣੀਆਂ ਲਾਵਾਂ ਤੇ ਪੱਟੀ ਵਾਰਾਂ ਦਿਨ ਰਹਿਣ 12 ਮਹਾ ਅਨੰਦ ਸਾਹਿਬ ਕੋੜੀਆਂ ਇਹ ਸਾਰਾ ਇਸ ਕਰਕੇ ਕੀਤਾ ਕਿ ਕਿਸੇ ਵੀ ਤਰੀਕੇ ਨਾਲ ਇਹਨੂੰ ਸੂਝ ਪੈ ਜਾਏ ਕਿ ਮੈਂ ਕੀ ਕਰਨਾ ਹੈ ਤੋ ਅਨੰਦ ਸਾਹਿਬ ਦੇ ਵਿੱਚ ਕਿਉਂਕਿ ਬਾਣੀ ਦੇ ਨਾਮ ਤੋਂ ਹੀ ਪਤਾ ਲੱਗਦਾ ਸਾਨੂੰ ਅਨੰਦ ਅਨੰਦ ਦਾ ਮਤਲਬ ਹੈ ਖੁਸ਼ੀ ਠੇੜਾ ਵਿਗਾਸ ਸਤਗੁਰੂ ਕਹਿੰਦੇ ਨੇ ਜੋ ਤੇਰੇ ਜੀਵਨ ਵਿੱਚ ਦੁੱਖ ਆਇਆ ਹੋਇਆ ਹੈ ਉਸ ਦੁੱਖ ਨੂੰ ਤੂੰ ਕਿਵੇਂ ਬਦਲ ਸਕਦਾ ਹੈ ਸੁੱਖ ਦੇ ਵਿੱਚ ਉਹ ਤਰੀਕਾ ਦੱਸਿਆ ਕਿ ਬੰਦੇ ਦੇ ਜੀਵਨ ਵਿੱਚ ਪੂਰਨ ਖਿੜਾਓ ਪੂਰਨ ਵਿਕਾਸ ਪੂਰਨ ਸਪਿਰਚੁਅਲ ਫੁੱਲਫਿਲਮੈਂਟ ਬੰਦੇ ਦੇ ਅੰਦਰ ਕਿਵੇਂ ਆ ਸਕਦੀ ਹੈ ਉਹ ਸਤਿਗੁਰੂ ਨੇ ਇਸ ਪਾਵਨ ਬਾਣੀ ਸੰਦੂ ਸਮਝਾਇਆ ਤੇ ਫਿਰ ਉਸ ਅਨੰਦ ਦੇ ਵਾਸਤੇ ਕੀ ਕਰਨਾ ਪਏਗਾ ਸਾਰੀ ਬਾਣੀ ਦਾ ਇਹ ਹੀ ਉਪਦੇਸ਼ ਹੈ ਭਾਈ ਉਹ ਸੁੱਖ ਤੈਨੂੰ ਤਾਂ ਮਿਲੇਗਾ ਜੇ ਤੂੰ ਗੁਰੂ ਦੀ ਸਿੱਖਿਆ ਸੱਚ ਦਾ ਉਪਦੇਸ਼ ਪਰਮਾਤਮਾ ਦੇ ਨਾਮ ਨੂੰ ਪਰਮਾਤਮਾ ਦੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰੇਗਾ ਤਾਂ ਹੀ ਤੇਰੇ ਜੀਵਨ ਵਿੱਚ ਸੁਖ ਬਣ ਸਕੇਗਾ ਇਸ ਬਾਣੀ ਵਿੱਚ ਵੀ ਸਤਿਗੁਰੂ ਨੇ ਗੁਰੂ ਦੀ ਸਿੱਖਿਆ ਕਮਾਉਣ ਦਾ ਉਪਦੇਸ਼ ਗੁਰੂ ਦਾ ਉਪਦੇਸ਼ ਕਮਾਉਣ ਦਾ ਇਹੀ ਉਪਦੇਸ਼ ਦਿੱਤਾ ਸਤਿਗੁਰੂ ਜੀ ਅੰਤ ਵਿੱਚ ਜਾ ਕੇ ਪਾਠ ਸ਼ਕਨ ਦੇ ਨੇ ਕਿ ਉਹਨਾਂ ਨੂੰ ਸੁਣੋ ਵੜ ਪਾ ਗਈ ਹੋ ਸਗਲ ਮਨੋਰਥ ਪੂਰੇ ਸਗਲ ਮਨੋਰਥ ਪੂਰੇ ਤੇ ਪੂਰੀ ਬਾਣੀ ਫੇਰ ਕਹਿੰਦੇ ਅੱਗੇ ਜਾ ਕੇ ਕਹਿੰਦੇ ਨੇ ਕਿ ਜਿਸ ਨੇ ਇਹ ਬਾਣੀ ਪੜ੍ਹੀ ਹੈ ਜਿਸ ਨੇ ਬਾਣੀ ਗਾਈ ਹੈ ਉਹ ਬਾਣੀ ਨੂੰ ਮੰਨਣ ਵਾਲਾ ਬਾਣੀ ਨੂੰ ਕਮਾਉਣ ਵਾਲਾ ਮਨੁੱਖ ਆਪਣੇ ਜੀਵਨ ਵਿੱਚ ਸੁਖ ਪਾ ਲੈਂਦਾ ਹੈ ਨਹੀਂ ਤਾਂ ਬੰਦਾ ਦੁਖੀ ਹੈ ਬਹੁਤ ਕੋ ਪਰ ਇਸ ਤੋਂ ਪਹਿਲਾਂ ਕਿ ਸ਼ੁਰੂ ਕਰੀਏ ਵਿਖਿਆ ਇੱਕ ਹੋਰ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਨਾ ਕਿ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ ਕਿਉਂਕਿ ਅੱਜ ਗੁਰਬਾਣੀ ਤਾਂ ਪਹਿਲੇ ਅੰਕ ਤੋਂ ਲੈ ਕੇ 1430 ਅੰਕ ਤੱਕ ਗੁਰੂ ਸਾਹਿਬ ਨੇ ਜੋ ਕੁਝ ਲਿਖਿਆ ਹੈ ਕੋ ਉਪਦੇਸ਼ ਹੈ ਇੱਕ ਚੰਗੇ ਜੀਵਨ ਜਾਂਚ ਦੀ ਗੱਲ ਕੀਤੀ ਹੈਗੀ ਪਰ ਅੱਜ ਅਸੀਂ ਬਾਣੀ ਨੂੰ ਵੀ ਵੱਖਰਾ ਵੱਖਰਾ ਕਰਕੇ ਜਿਸ ਤਰੀਕੇ ਨਾਲ ਅਸੀਂ ਅਨੰਦ ਸਾਹਿਬ ਦਾ ਜਿਸ ਮਕਸਦ ਸੀ ਅਨੰਦਤ ਕਿਵੇਂ ਹੋਈਏ ਸੁਖਮਨੀ ਸਾਹਿਬ ਦਾ ਅਸੀਂ ਕਰ ਲੈ ਕੇ ਇਹ ਪੜ ਕੇ ਸਾਨੂੰ ਸੁੱਖ ਮਿਲਦਾ ਹੈ ਜਾਂ ਹੋਰ ਅਸੀਂ ਗੁੱਟ ਕੇ ਬਣਾ ਲੇ ਇਵਨ ਦੁਖਪੰਜਨੀ 베ਰੀ ਜਾਂ ਹੋਰ ਕਈ ਐਸੇ ਗੁਟਕਿਆਂ ਦੇ ਵਿੱਚ ਅਸੀਂ ਅੱਜ ਮਨਮਤ ਜਿਹੜੀ ਉਹ ਕਾਫੀ ਫੈਲ ਰਹੀ ਹੈ ਉਹਦੇ ਸੰਬੰਧ ਵਿੱਚ ਜ਼ਰੂਰ ਕਲੈਰੀਫਾਈ ਕਰਨਾ ਚਾਹਾਂਗਾ ਮੈਂ ਤੁਹਾਡੇ ਕੀ ਵਿਚਾਰ ਨੇ ਕਿ ਜਿਸ ਤਰੀਕੇ ਨਾਲ ਅੱਜ ਗੁਰਬਾਣੀ ਨੂੰ ਵੱਖਰੇ ਵੱਖਰੇ ਤਰੀਕਿਆਂ 'ਚ ਗੁਟਕਿਆਂ 'ਚ ਪਾ ਕੇ ਅੱਜ ਪੇਸ਼ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਕਿਹਾ ਜਾ ਰਿਹਾ ਇੰਨੇ ਪਾ ਇੰਨੇ ਵਾਰੀ ਤੁਸੀਂ ਇਹ ਸ਼ਬਦ ਪੜ੍ਹ ਲਓ ਤੇ ਤੁਹਾਡੇ ਦੁੱਖ ਠੀਕ ਹੋ ਜਾਣਗੇ ਇੰਨੇ ਵਾਰੀ ਕਰੋ ਤੁਹਾਡੀ ਬਿਮਾਰੀ ਹੋ ਜਾਏਗੀ ਇਹ ਕੀ ਮਨਮਤ ਨਹੀਂ ਇਹ ਬਿਲਕੁਲ ਮਨਮਤ ਐਕਚੁਅਲੀ ਵੀਰ ਜੀ ਅ ਗੁਰੂ ਸਾਹਿਬ ਨੇ ਜੋ ਬਾਣੀ ਰਚੀ ਹੈ ਹਮਮ ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਉਹਦਾ ਮੰਤਵ ਇਹੀ ਹੈ ਕਿ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਇਹ ਗੁਰਬਾਣੀ ਦਾ ਆਈਡੀਆ ਮੈਂ ਥੀਮ ਹੈ ਠੀਕ ਤੇ ਸਾਰੀ ਬਾਣੀ ਭਾਵੇਂ ਉਹ ਜਪਜੀ ਸਾਹਿਬ ਹੈ ਜਾਂ ਅਨੰਦ ਸਾਹਿਬ ਜਾਂ ਲਾਵਾਂ ਹਨ ਜਾਂ ਕੋੜੀਆਂ ਹਨ ਜਾਂ ਅਲਾਨੀਆਂ ਕਿ ਆਪਣੇ 15 ਪੰਨਾ 1 ਤੋਂ ਲੈ ਕੇ 1429 ਤੱਕ ਜੀ ਤਨਮਨ ਥੀ ਵਹ ਹਰਿਆ ਤੱਕ ਸਾਰੀ ਬਾਣੀ ਦਾ ਉਪਦੇਸ਼ ਇਹੀ ਹੈ ਕਿ ਤੂੰ ਸੱਚ ਦੇ ਨਾਲ ਜੁੜ ਕੇ ਆਪਣੇ ਜੀਵਨ ਵਿੱਚ ਸੱਚਾਈ ਲਿਆ ਇਮਾਨਦਾਰੀ ਸੁਭਗੁਣ ਪਰਮਾਤਮਾ ਦੇ ਗੁਣ ਆਪਣੇ ਅੰਦਰ ਟਿਕਾ ਪਰ ਅਸੀਂ ਆਪਣੇ ਜੀਵਨ ਨੂੰ ਬਾਣੀ ਦੇ ਅਨੁਸਾਰ ਘੜਨਾ ਸੀ ਅਸੀਂ ਬਾਣੀ ਨੂੰ ਆਪਣੇ ਮਨ ਦੇ ਹਿਸਾਬ ਨਾਲ ਘਟ ਦਿੱਤਾ ਅਸੀਂ ਸੋਚ ਲਿਆ ਕਿ ਸੁਖਮਣੀ ਸਾਹਿਬ ਦਾ ਪਾਠ ਕੇਵਲ ਸੁੱਖਾਂ ਵਾਸਤੇ ਹੀ ਹੈ ਅਸੀਂ ਸੋਚ ਲਿਆ ਕਿ ਅਨੰਦ ਪੜਾਂਗੇ ਤਾਂ ਇਹਦੇ ਨਾਲ ਹੀ ਜਿਹੜਾ ਅਨੰਦ ਆਣਾ ਬਾਕੀ ਨਾਲ ਨਹੀਂ ਆਉਣਾ ਇਸੇ ਕਰਕੇ ਸਾਡੇ ਸਮਾਜ ਵਿੱਚ ਅੱਜ ਕੀ ਹੋ ਰਿਹਾ ਹੈ ਕਿ ਜਦੋਂ ਅਸੀਂ ਆਪਣੇ ਘਰ ਵਿੱਚ ਕੋਈ ਫੰਕਸ਼ਨ ਹੁੰਦਾ ਹੈ ਤਾਂ ਉਸ ਵੇਲੇ ਅਸੀਂ ਸੁਖਮਣੀ ਸਾਹਿਬ ਦਾ ਪਾਠ ਕਰਾਂਦੇ ਆਂ ਜੀ ਅਸੀਂ ਆਸਾ ਕੀ ਵਾਰ ਦਾ ਪਾਠ ਨਹੀਂ ਕਰਾਂਦੇ ਠੀਕ ਅਸੀਂ ਅਲਾਣੇ ਦਾ ਪਾਠ ਨਹੀਂ ਕਰਾਂਦੇ ਜਾਂ ਅਸੀਂ ਸ਼ਲੋਕ ਵਾਰਾਂ ਤੇ ਵਧਿਕ ਜੋ ਹੋਰ ਬਾਣੀਆਂ ਹੋਰ ਵੀ ਬਾਣੀਆਂ ਸਚਿਦਗੋਸ਼ ਦਾ ਪਾਠ ਨਹੀਂ ਕਰਦੇ ਅਸੀਂ ਅਸੀਂ ਓੰਕਾਰ ਬਾਣੀ ਦਾ ਪਾਠ ਨਹੀਂ ਕਰਦੇ ਅਸੀਂ ਕੇਵਲ ਸੁਖਮਣੀ ਨੂੰ ਸਮਝ ਲਈਆ ਕਿ ਇਹਦੇ ਵਿੱਚ ਹੀ ਸੁਖ ਹੈ ਠੀਕ ਤੇ ਇਹ ਜਿਹੜਾ ਇੱਕ ਪਰਟੀਕੂਲਰ ਬਾਣੀ ਨੂੰ ਸਮਝਲਣਾ ਕਿ ਇਹਦੇ ਨਾਲ ਹੀ ਸੁਕਾਉਣਾ ਇਹ ਬਾਣੀ ਦੀ ਨਿਰਾਦਰੀ ਹੈ ਬਾਣੀ ਦੇ ਵਿੱਚ ਫਰਕ ਪਾਇਆ ਜਾ ਰਿਹਾ ਤੇ ਇਹ ਜਿਹੜੇ ਗੁੱਟਕੇ ਸਾਡੇ ਲੋਕਾਂ ਨੇ ਜਿਹੜੇ ਠੱਗ ਬੈਠੇ ਨੇ ਉਹਨਾਂ ਨੇ ਇਹ ਕੰਮ ਵੀ ਸਾਧਾ ਨੇ ਜਾਂ ਹੋਰ ਵੀ ਪਖੰਡੀ ਜੇ ਲੋਕ ਨੇ ਉਹਨਾਂ ਨੇ ਲੋਕਾਂ ਦੀ ਇਮੋਸ਼ਨਸ ਨੂੰ ਉਹਨਾਂ ਨੂੰ ਆਪਣੇ ਖਰੀਦਣ ਵਾਸਤੇ ਬਲੇਕਮੇਲ ਕਰਨ ਵਾਸਤੇ ਉਹਨਾਂ ਨੇ ਸਿੱਧਾ ਕਰ ਲਿਆ ਕਿ ਸੰਕਟਮੋਚਨ ਗੁੱਟਕਾ ਬਣਾ ਲਓ ਦੁੱਖਹਿੰਦੇ ਗੁੱਟਕਾ ਬਣਾ ਲਓ ਇਹਦੇ ਨਾਲ ਦੁੱਖ ਦੂਰ ਹੋਣਗੇ ਐਸੀਆਂ ਕਿਤਾਬਾਂ ਲਿਖਦੇ ਗ੍ਰੰਥ ਲਿਖ ਦਿੱਤੇ ਕਿ ਫਲਾਣੀ ਪੋੜੀ ਦਾ ਪਾਠ ਇੰਨੀ ਵਾਰੀ ਕਰੋਗੇ ਇਸ ਦਿਸ਼ਾ ਵਿੱਚ ਮੂੰਹ ਕਰਕੇ ਕਰੋਗੇ ਫਾਣੇ ਵਾਲ ਮੂੰਹ ਕਰਕੇ ਕਰੋਗੇ ਫਲਾਣੇ ਦਿਨ ਕਰੋਗੇ ਤਾਂ ਉਹ ਇਲਾਬ ਹੋਏਗਾ ਇਹ ਇਸ ਤਰ੍ਹਾਂ ਕੀਤਾ ਬਹੁਤ ਸੁਚੇਤ ਹੋਣਾ ਚਾਹੀਦਾ ਇਹਨਾਂ ਸੀਜ਼ਨਾਂ ਦੇ ਪ੍ਰਤੀ ਕਿ ਇਹ ਜੋ ਮਨਮਤ ਫੈਲਾਈ ਜਾ ਰਹੀ ਹੈ ਇਸ ਦਾ ਅਸੀਂ ਹਿੱਸਾ ਨਾ ਬਣੀਏ ਅਤੇ ਗੁਰੂ ਦੀ ਬਖਸ਼ਿਸ਼ ਸਾਨੂੰ ਤਾਂ ਹੀ ਪ੍ਰਾਪਤ ਹੋ ਉਸ ਲਈ ਜੇਕਰ ਤੁਸੀਂ ਬਾਣੀ ਨੂੰ ਆਪ ਪੜ੍ਹੀਏ ਸਮਝੀਏ ਤੇ ਉਸ ਦੇ ਉੱਤੇ ਚੱਲਣਾ ਸ਼ੁਰੂ ਕਰੋ ਬਿਲਕੁਲ ਜੀ ਸਾਨੂੰ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਕਿ ਕੋਈ ਵੀ ਗੁਰਬਾਣੀ ਹੋਵੇ ਧਾਰਮਿਕ ਕਰਮ ਕਿਸੇ ਵੀ ਧਰਮ ਦਾ ਹੋਵੇ ਜੀ ਕੇਵਲ ਸੱਢ ਹੀ ਨਹੀਂ ਉਸ ਧਰਮ ਦੇ ਕਰਮ ਦਾ ਮਕਸਦ ਇਹ ਹੋਣਾ ਚਾਹੀਦਾ ਹੈ ਕਿ ਜੇ ਮੈਂ ਪਾਠ ਕੀਤਾ ਮੈਂ ਬਾਣੀ ਪੜ੍ਹੀ ਮੈਂ ਕੋਈ ਮੰਤਰ ਪੜ੍ਹਾ ਕੁਝ ਵੀ ਕੀਤਾ ਉਹਦਾ ਮਤਲਬ ਇਹ ਹੋਣਾ ਚਾਹੀਦਾ ਹੈ ਕਿ ਮੇਰੇ ਅੰਦਰ ਸੱਚਾਈ ਕਿੰਨੀ ਕੋਈ ਆਈ ਹੈ ਮੈਂ ਝੂਠ ਤੋਂ ਪਾਪਾਂ ਤੋਂ ਉਹਨਾਂ ਤੋਂ ਕਿੰਨਾ ਕੋ ਬਚਿਆ ਗੁਰਮੁਖ ਦਾ ਸਪਸ਼ਟ ਉਪਦੇਸ਼ ਹੈ ਕਿ ਦੀਵਾ ਬਲੇ ਹਨੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਜੇ ਬੰਦਾ ਧਰਮਾਂ ਧਰਮ ਦਾ ਕੋਈ ਕੰਮ ਕਰ ਰਿਹਾ ਹੈ ਤਾਂ ਸਪਸ਼ਟ ਹੈ ਕਿ ਜਿਵੇਂ ਦੀਵਾ ਜਲਣ ਦੇ ਨਾਲ ਹਨੇਰਾ ਦੂਰ ਹੋ ਜਾਂਦਾ ਹੈ ਲੋੜ ਨਹੀਂ ਰਹਿੰਦੀ ਉੱਥੇ ਕਿ ਹੁਣ ਦੱਸਣਾ ਕਿ ਤੇ ਹਨੇਰਾ ਰਹਿ ਸਕਦਾ ਨਹੀਂ ਰਹਿ ਸਕਦਾ ਇਸੇ ਤਰ੍ਹਾਂ ਜਿਸ ਮਨੁੱਖ ਨੇ ਧਰਮ ਦਾ ਕੋਈ ਕਰਮ ਕੀਤਾ ਹੈ ਗੁਰਬਾਣੀ ਪੜ੍ਹੀ ਹੈ ਜਾਂ ਆਪਣੇ ਧਰਮ ਦੇ ਅਨਸਾਰ ਕੋਈ ਵੀ ਕਰਮ ਕੀਤਾ ਇਹਦਾ ਮਤਲਬ ਹੈ ਕਿ ਉਹਦੇ ਅੰਦਰੋਂ ਪਾਪ ਖਤਮ ਹੋਣੇ ਚਾਹੀਦੇ ਹਨ ਬਟ ਉਹ ਉਲਟ ਰਿਹਾ ਹੈ ਰੋਗ ਵਧਦਾ ਗਿਆ ਜੋ ਜੋ ਦਵਾ ਕੀਤੀ ਉਹ ਉਲਟਾ ਘਮ ਹੋ ਰਿਆ ਸੀ ਪਾਠ ਅਖੰਡ ਪਾਠ ਲੜੀਆਂ ਤੇ ਹੁਣ ਤਾਂ ਨਵਾਂ ਕੰਮ ਹੀ ਸ਼ੁਰੂ ਹੋ ਗਿਆ ਇੱਕ ਕਿ ਸ੍ਰੀ ਮੋਨ ਅਖੰਡ ਵਰਤ ਮੋਨ ਵਰਤ ਪਾਠ ਵਿੱਚ ਚੱਲ ਪਏ ਅਗਨ ਪਾਠ ਮੋਨੀ ਹੋ ਕੇ ਕਰਨਗੇ ਇਹ ਸਾਨੂੰ ਇਹਨਾਂ ਗੱਲਾਂ ਸੁਚੇਤ ਹੋਣ ਦੀ ਲੋੜ ਹੈ ਤੇ ਬਾਣੀ ਦਾ ਭਾਵ ਹੈ ਬਾਣੀ ਪੜਾਉਂਦਾ ਮਤਲਬ ਮਕਸਦ ਇਹ ਚਾਹੀਦਾ ਹੈ ਕਿ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀ ਹੈ ਸਾਡਾ ਜੀਵਨ ਗੁਰ ਬਾਣੀ ਪੜ੍ਹ ਕੇ ਗੁਰ ਬਾਣੀ ਬਣਨਾ ਚਾਹੀਦਾ ਹੈ ਔਰ ਅਸੀਂ ਕੇਵਲ ਕਰਮ ਕਾਂਡਾ ਤੱਕ ਹੀ ਸੀਮਤ ਰਹਿ ਗਏ ਹਾਂ ਸਤਗੁਰ ਮਿਹਰ ਕਰਨ ਕਿ ਅਸੀਂ ਬਾਣੀ ਨੂੰ ਸਮਝ ਕੇ ਵਿਚਾਰ ਕੇ ਗੁਰੂ ਦੀ ਸਿੱਖਿਆ ਲੈਣ ਵਾਸਤੇ ਪੜ੍ਹੀਏ ਨਾ ਕਿ ਕੇਵਲ ਕਰਮ ਕਾਂਡਾ ਤੱਕ ਸੀਮਤ ਬੋਲ ਬਹੁਤ ਖੂਬ ਜੀ ਬਹੁਤ ਧੰਨਵਾਦ ਤੁਸੀਂ ਬਹੁਤ ਸਪਸ਼ਟ ਕਰ ਦਿੱਤੇ ਜਿਹੜਾ ਕਲੀਅਰਿਫਾਈ ਕਰ ਦਿੱਤਾ ਕਿਉਂਕਿ ਇਹ ਜਿਹੜੀ ਮਨਮਤੀ ਸੋਚ ਜਿਹੜੀ ਸਾਡੇ ਚ ਪੈ ਗਈ ਹੈ ਇਸ ਵਾਸਤੇ ਇੱਕ ਛੋਟੀ ਜੀ ਲੈਨੇ ਆ ਬ੍ਰੇਕ ਤੇ ਉਸ ਤੋਂ ਬਾਅਦ ਅਨੰਦ ਸਾਹਿਬ ਜੀ ਦੀ ਵਿਆਖਿਆ ਜਿਹੜੀ ਹੈਗੀ ਹੈ ਇਸ ਨੂੰ ਆਰੰਭ ਕਰਦੇ ਹਾਂ ਇਸ ਬ੍ਰੇਕ ਤੋਂ ਬਾਅਦ ਕਿ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ ਸਮਝ ਨਹੀਂ ਆਉਂਦਾ ਕੀ ਕਰੋ ਫਾਈਨੈਂਸ਼ੀਅਲ ਪ੍ਰੋਬਲਮਸ ਸੋਡੀ ਫੈਮਲੀ ਲਾਈਫ ਤੇ ਉੱਚੇ ਮਾੜਾ ਸਰ ਪਾ ਸਕਦੀਆਂ ਹਨ ਜੇ ਤੁਸੀਂ ਇਸ ਮੁਸ਼ਕਲ ਚ ਹੋ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਅਸੀਂ ਤੁਹਾਡੇ ਕਰਜ਼ੇ ਨੂੰ ਵਾਧ ਤੋਂ ਵਾਧ ਕਟਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ ਵਿੱਚ ਬਦਲ ਸਕਦੇ ਹਾਂ ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ 18667908984 Business Solutions ਤੋਂ ਹਰਦੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ। ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਕਰਾਣ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡ੍ਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਐਸੈਸਰੀਜ਼ ਤੱਕ ਤੁਸੀਂ SK Home Designs ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 6048259295 ਮੁਰਤ ਸੁਆਗਤ ਕਰਦਾ ਜੀ ਬ੍ਰੇਕ ਤੋਂ ਬਾਅਦ ਤੇ ਆਓ ਤੁਹਾਨੂੰ ਲੈ ਕੇ ਚੱਲੇ ਆਂ ਇਸ ਸਫ਼ਰ ਦੇ ਵਿੱਚ ਜਿਸ ਦੇ ਵਿੱਚ ਕਿ ਅਨੰਦ ਸਾਹਿਬ ਵਿੱਚ ਗੁਰੂ ਸਾਹਿਬ ਕੀ ਉਪਦੇਸ਼ ਕਰਦੇ ਨੇ ਗੁਰੂ ਅਮਰਦਾਸ ਜੀ ਦਾ ਇੱਕ ਮਕਸਦ ਸੀ ਸਾਡੀ ਸੁਰਤ ਨੂੰ ਉੱਚਾ ਚੁਕਣਾ ਹਰੇਕ ਗੁਰੂ ਨੇ ਇਹੀ ਇਤਨ ਕੀਤਾ ਕਿ ਇੱਕ ਸਿੱਖ ਜੋ ਹੈ ਇਹ ਵਿਚਾਰਵਾਨ ਹੋਵੇ ਗੁਰਬਾਣੀ ਨੂੰ ਵਿਚਾਰੇ ਸਮਝੇ ਅਤੇ ਉਸ ਦੇ ਉੱਤੇ ਤੁਰਨਾ ਸ਼ੁਰੂ ਕਰੇ ਸੋ ਇਸ ਸਫਰ ਵਿੱਚ ਆਓ ਅੱਜ ਤੋਂ ਸ਼ੁਰੂਆਤ ਕਰਨ ਜਾ ਰਹੇ ਹਾਂ ਜਿਸ ਵਿੱਚ ਕੇ ਅਨੰਦ ਸਾਹਿਬ ਦੀ ਵਿਆਖਿਆ ਭਾਈ ਸਾਹਿਬ ਭਾਈ ਸ਼ਰਨਜੀਤ ਸਿੰਘ ਜੀ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਲ ਸ਼ੇਅਰ ਕਰਨਗੇ ਜੇਕਰ ਤੁਹਾਡੇ ਕੋਲ ਕੋਈ ਸਵਾਲ ਹੋਵੇ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ ਜੀ ਭਾਈ ਸਾਹਿਬ ਆਪ ਸ਼ੁਰੂਆਤ ਕਰ ਦੇ ਜੀ ਅਨੰਦ ਸਾਹਿਬ ਦੀ ਜੋ ਪਾਉਨ ਬਾਣੀ ਹੈ ਇਸ ਦੇ ਵਿੱਚ 40 ਪਉੜੀਆਂ ਹਨ ਤੇ ਇਹ ਬਾਣੀ ਬੜੀ ਮਹੱਤਤਾ ਰੱਖਦੀ ਹੈ ਸਾਡੇ ਵਾਸਤੇ ਕਿਉਂਕਿ ਜੋ ਅਮ੍ਰਿਤ ਸੰਚਾਰ ਹੁੰਦਾ ਹੈ ਖੰਡੇ ਪਾਉ ਲੈ ਜਾਂਦੀ ਹੈ ਉਸ ਦੇ ਵਿੱਚ ਵੀ ਇਸ ਬਾਣੀ ਦਾ 파ਟ ਸ਼ਾਮਲ ਹੈ ਤੇ ਇੱਥੇ ਤੱਕ ਕਿ ਹਲਾਕੇ ਸਾਡਾ ਨਿਤ ਨਿਯਮ ਜਿਹੜਾ ਹੈ ਉਹ ਤਾਂ ਰਹਿਤ ਮਰਿਆਦਾ ਅਨੁਸਾਰ ਇਹ ਹੈ ਕਿ ਇਸ ਸਵੇਰ ਨੂੰ ਜਪਜੀ ਜਾਪ ਤੇ ਸਵਈਏ ਇਹ ਤਿੰਨ ਬਾਣੀਆਂ ਬਟ ਇਹ ਬਾਣੀ ਇੰਨੀ ਪੋਪੂਲਰ ਸਿੱਖਾਂ ਦੇ ਵਿੱਚ ਹੋਈ ਹੈ ਕਿ ਇਸ ਬਾਣੀ ਨੂੰ ਵੀ ਰੋਜ਼ ਦੇ ਨਿਤਨੇਮ ਦਾ ਹਿੱਸਾ ਬਣਾ ਲਿਆ ਗਿਆ ਹੈ ਆਮ ਤੌਰ ਤੇ ਸਾਰੇ ਗੁਰੂ ਘਰਾਂ ਦੇ ਵਿੱਚ ਲੋਕ ਇਸ ਬਾਣੀ ਨੂੰ ਪੜ੍ਹਦੇ ਨੇ ਸਵੇਰ ਵੇਲੇ ਤੇ ਸਵੇਰ ਦਾ ਨਿਤਨੇਮ ਉਹਦਾ ਤਿੰਨ ਬਾਣੀ ਦਾ ਹੈ ਤੇ ਉਹਦੇ ਵਿੱਚ ਫਿਰ ਦੋ ਬਾਣੀਆਂ ਐਡ ਕਰ ਲਿਆ ਪੰਜ ਦੀ ਗਿਣਤੀ ਦੇ ਨਾਲ ਅਸੀਂ ਫਸੇ ਹੋਈਆਂ ਕਿ 5 ਗਿਣਤੀ ਹੋਣੀ ਚਾਹੀਦੀ ਹੈ ਉਹਦੇ ਚਉਪਈ ਵੀ ਤੇ ਨਾਲ ਅਨੰਦ ਸਾਹਿਬ ਵੀ ਤੇ ਇਹ ਬਾਣੀ ਜਿਹੜੀ ਹੈ ਉਸ ਦੇ ਵਿੱਚ ਸ਼ਾਮਲ ਹੈ ਇੰਨੀ ਇਸ ਬਾਣੀ ਦੇ ਵਿੱਚ ਸਤਿਗੁਰ ਨੇ ਬੜਾ ਕਮਾਲ ਦਾ ਉਪਦੇਸ਼ ਦਿੱਤਾ ਹੈ ਤੇ ਬਾਣੀ ਦਾ ਜੋ ਸਿਰਲੇਖ ਹੈ ਉਹ ਹੈ ਰਾਮ ਕਲੀ ਮਹਲਾ ਤੀਜਾ ਅਨੰਦ आनंद वाणी ਦਾ ਨਾਮ ਹੈ RAM KALI RAAG ਦੇ ਵਿੱਚ ਮਹਿਲਾ ਤੀਜਾ ਮਤਲਬ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਇਹ ਸਤਿਗੁਰੂ ਗੁਰਗਨ ਸਾਹਿਬ ਮਹਾਰਾਜ ਦੀ ਬਾਣੀ ਦਾ ਇੱਕ ਇੱਕ ਜੋ ਲਫ਼ਜ਼ ਹੈ ਉਹ ਸਾਨੂੰ ਸਾਰੇ ਭੁਲੇਖੇ ਵਿੱਚੋਂ ਸਾਡੇ ਕੱਢੀ ਜਾਂਦਾ ਹੈ ਜੋ ਅਸੀਂ ਜਿੰਨਾ ਵਿੱਚ ਪੈ ਕੇ ਦੁਖੀ ਹੋ ਰਹੇ ਹਾਂ ਜੀ ਮਹਿਲਾ ਦਾ ਮਤਲਬ ਹੈ ਸਰੀਰ ਗੁਰੂ ਦਾ ਸਰੀਰ ਮਹਿਲਾ ਤੀਜਾ ਦਾ ਮਤਲਬ ਹੈ ਗੁਰੂ ਅਮਰਦਾਸ ਸਾਹਿਬ ਦਾ ਸਰੀਰ ਮਹਿਲਾ ਪਹਿਲਾ ਦਾ ਮਤਲਬ ਹੈ ਗੁਰੂ ਨਾਨਕ ਪਾਸਾ ਮਹਿਲਾ ਦੂਜਾ ਗੁਰੂ ਅੰਗਦ ਸਾਹਿਬ ਜੀ ਇਸ ਤਰ੍ਹਾਂ ਮਹਿਲਾ ਪੰਜਵਾਂ ਗੁਰੂ ਅਰਜਨ ਸਾਹਿਬ ਜੀ ਤੇ ਮਹਿਲਾ ਨੋਵਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਨੂੰ ਇੱਥੇ ਵੀ ਸਪਸ਼ਟ ਹੋ ਜਾਂਦਾ ਹੈ ਕਿ ਜਿੱਥੇ ਬਾਣੀ ਦੇ ਸਿਰਲੇਖ ਦੇ ਨਾਲ ਮਹਿਲਾ ਨਹੀਂ ਲਿਖਿਆ ਹੋਇਆ ਇਹਦਾ ਮਤਲਬ ਕਿ ਉੱਥੇ ਕੋਈ ਗੜਬੜ ਹੈ ਜਿਵੇਂ ਕਈ ਸਾਡੇ ਅੰਦਰ ਇਹ ਕੰਮ ਚੱਲ ਪਿਆ ਕਿ ਫਲਾਣੀ ਬਾਣੀ ਫਲਾਣੇ ਗ੍ਰੰਥ ਵਿੱਚ ਲਿਖੀ ਹੋਈ ਹੈ ਫਲਾਣੀ ਥਾਂ ਲਿਖੀ ਹੋਈ ਹੈ ਉਹ ਵੀ ਗੁਰੂ ਦੀ ਬਾਣੀ ਹੈ ਇਹ ਵੀ ਇੱਕ ਸਾਡੇ ਕੋਲ ਕਸਵੱਟੀ ਹੈ ਕਿ ਜੇ ਗੁਰੂ ਦੀ ਬਾਣੀ ਹੈ ਤਾਂ ਗੁਰੂ ਦੀ ਬਾਣੀ ਦੇ ਨਾਲ ਮਹਲਾ ਸ਼ਬਦ ਲਿਖਿਆ ਹੋਗਾ ਸਿਰਲੇਖ ਦੇ ਵਿੱਚ ਮਹਲਾ ਤੀਜੇ ਦੀ ਜਾਂ ਮਹਲਾ ਪੰਜਵੇਂ ਦੀ ਜੇ ਉੱਥੇ ਮਹਲਾ ਤੀਜਾ ਜਾਂ ਮਹਲਾ ਸ਼ਬਦ ਨਹੀਂ ਹੈ ਇਟ ਮੀਨਸ ਕੋਈ ਨਾ ਕੋਈ ਗੜਬੜ ਹੈ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਉਹਨਾਂ ਤੋਂ ਬਚਣ ਦੀ ਲੋੜ ਹੈ ਠੀਕ ਤੇ ਫਿਰ ਮੰਗਲਾ ਚਰਨ ਦਾ ਸੰਖੇਪ ਰੂਪ ਹੈ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਜੀ ਜਿਹਦੇ ਵਿੱਚ ਸਤਿਗੁਰੂ ਜੀ ਸਮਝਾਉਂਦੇ ਨੇ ਭਾਈ ਪਰਮਾਤਮਾ ਕੇਵਲ ਤੇ ਕੇਵਲ ਇੱਕ ਹੈ ਤੇ ਉਹ ਪਰਮੇਸ਼ਰ ਸਦਾ ਰਹਿਣ ਵਾਲਾ ਹੈ ਤੇ ਇਸ ਸਾਰੇ ਸ੍ਰਿਸ਼ਟੀ ਦੇ ਵਿੱਚ ਇੱਕ ਰਸ ਵਿਆਪਕ ਹੈ ਇਸ ਸ੍ਰਿਸ਼ਟੀ ਵਿੱਚ ਆਪ ਹੀ ਵਸਿਆ ਹੋਇਆ ਹੈ ਉਸ ਦੀ ਹੋਂਦ ਹਮੇਸ਼ਾ ਵਾਸਤੇ ਹੈ ਤੇ ਐਸਾ ਪਰਮੇਸ਼ਰ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੇ ਗਿਆਨ ਦੇ ਨਾਲ ਜੁੜ ਕੇ ਉਸ ਪਰਮਾਤਮਾ ਦੀ ਮਨੁੱਖ ਨੂੰ ਸਮਝ ਲੱਗਦੀ ਹੈ ਜੀ ਤੇ ਇੱਥੇ ਮੈਂ ਵੀਰ ਜੀ ਹੋਰ ਵੀ ਗੱਲ ਸਪਸ਼ਟ ਕਰ ਦਵਾਂ ਕਿ ਜੋ ਮੰਗਲਾ ਚੜ੍ਹਨ ਦਾ ਸਰੂਪ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚਾਰ ਰੂਪਾਂ ਵਿੱਚ ਆਉਂਦਾ ਹੈ ਇੱਕ ਮੁਕੰਮਲ ਸਰੂਪ ਇਕ ਓੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਹ ਕੇ ਸਰੂਪ ਮੁਕੰਮਲ ਹੈ ਤੇ ਦੂਜਾ ਹੈ ਇਕ ਓੰਕਾਰ ਸਤਨਾਮ ਕਰਤਾਪੁਰਖ ਗੁਰ ਪ੍ਰਸਾਦ ਇਹ ਸਰੂਪ 8 ਵਾਰੀ ਆਇਆ ਤੇ ਜਿਹੜਾ ਪਹਿਲਾਂ ਦੱਸਿਆ ਉਹ 33 ਵਾਰੀ ਆਇਆ ਤੇ ਦੂਜਾ ਇਕ ਓੰਕਾਰ ਸਤਨਾਮ ਗੁਰ ਪ੍ਰਸਾਦ ਇਹ ਸਰੂਪ 2 ਵਾਰੀ ਆਇਆ ਤੇ ਇਹ ਇਕ ਓੰਕਾਰ ਸਤ ਗੁਰ ਪ੍ਰਸਾਦ ਇਹ ਸਰੂਪ 524 ਵਾਰੀ ਆਇਆ ਤੇ ਟੋਟਲ 567 ਵਾਰੀ ਮੰਗਲਾ ਚਰਨ ਦਾ ਇਹ ਸਰੂਪ ਗੁਰਗੰਸਾਬ ਦੇ ਵਿੱਚ ਦਰਜ ਹੈ ਓਕੇ ਇਹ ਸਚਾਈ ਸਾਡੇ ਸਾਹਮਣੇ ਦਿਨ ਦੇ ਸੂਰਜ ਵਾਂਗ ਦੇ ਹੈ ਸਾਡੇ ਸਾਹਮਣੇ ਹੈ ਜਿਵੇਂ ਸੂਰਜ ਚਮਕਦਾ ਹੈ ਪਰ ਫਿਰ ਵੀ ਡੇਰੇਦਾਰਾਂ ਦਾ ਸਾਧਾਂ ਦਾ ਬ੍ਰਹਮ ਗਿਆਨੀਆਂ ਦਾ ਬ੍ਰਹਮ ਗਿਆਨੀਆਂ ਦਾ ਜੋੜ ਲੱਗਿਆ ਹੋਇਆ ਹੈ ਕਿ ਮੰਗਲਾ ਚਰਨ ਜਿਹੜਾ ਹੈ ਪੋਸਿਟਿਵ ਵੀ ਸੱਚ ਤੱਕ ਹੈ ਨਾਨਕ ਪੋਸਿਟਿਵ ਵੀ ਸੱਚ ਤੱਕ ਸਪਸ਼ਟ ਲਿਖਿਆ ਹੋਇਆ ਹੈ ਜਦੋਂ ਸ਼ੁਰੂਆਤ ਹੁੰਦੀ ਜਪਜੀ ਸਾਹਿਬ ਦੀ ਉਥੇ ਗੁਰੂ ਪ੍ਰਸਾਦ ਸਾਹਿਬ ਤੋਂ ਬਾਅਦ ਏਕਾ ਪਾਇਆ ਦੋ ਡੰਡੀਆਂ ਪਹਿਲਾਂ ਦੋ ਡੰਡੀਆਂ ਬਾਅਦ ਦੇ ਵੀ ਵਿਸ਼ਰਾਮ ਦੀਆਂ ਉਸ ਤੋਂ ਬਾਅਦ ਫਿਰ ਜਪ ਲਿਖਿਆ ਜਪ ਤੇ ਪਹਿਲਾਂ ਦੋ ਡੰਡੀਆਂ ਜਪ ਦੇ ਬਾਅਦ ਦੋ ਡੰਡੀਆਂ ਉਸ ਤੋਂ ਬਾਅਦ ਫਿਰ ਸ਼ਲੋਕ ਸ਼ੁਰੂ ਹੁੰਦਾ ਆਦ ਸਤ ਜਵਾਦ ਸਚ ਤੇ ਉਹਦੇ ਬਾਅਦ ਫਿਰ ਇੱਕ ਅਨੰਬਰ ਪਿਆ ਹੋਇਆ ਹੈ ਸਪਸ਼ਟ ਸੂਰਜ ਦੇ ਵਾਂਗ ਚ ਮੰਗਦਾ ਹੈ ਪਰ ਫਿਰ ਵੀ ਸੋਖਾਦੀ ਹੋਈ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੋਂ ਉਲਟ ਅਸੀਂ ਜਾ ਕੇ ਆਪਣੇ ਆਪ ਨੂੰ ਸਚਾਣੇ ਦੱਸਣਾ ਹੀ ਦੱਸਣਾ ਹੈ ਸਿੱਖਾਂ ਨੂੰ ਗੁੰਮਰਾਹ ਕਰਨਾ ਹੀ ਕਰਨਾ ਹੈ ਤੇ ਸਿੱਖ ਵੀ ਵਿਚਾਰੇ ਗੁੰਮਰਾਹ ਹੋ ਜਾਂਦੇ ਆ ਤੇ ਗੁਰੂ ਦੀ ਗੱਲ ਨਹੀਂ ਮੰਨਦੇ ਉਹ ਔਪਸਾਧਾਨ ਨੂੰ ਗੁਰੂ ਮੰਨਦੇ ਆ ਗੁਰਗੰਥ ਸਾਹਿਬ ਸਪਸ਼ਟ ਦੱਸਦੇ ਨੇ ਭਾਈ ਇਹ 526 567 ਵਾਏ ਤੋਂ 10 ਲਿਖ ਕੇ ਦੱਸਣਿਓ ਕਿ ਇੱਥੇ ਤੱਕ ਹੈ ਬਟ ਅਸੀਂ ਮੰਨਣ ਨੂੰ ਫਿਰ ਵੀ ਤਿਆਰ ਨਹੀਂ ਆ ਬਿਲਕੁਕੁਲ ਠੀਕ ਹੈ ਜੀ ਸਤਗੁਰ ਬਖਸ਼ਿਸ਼ ਕਰਨ ਅਨੰਦ ਸਾਹਿਬ ਦੀ ਪਹਿਲੀ ਪੌੜੀ ਦੇ ਵਿੱਚ ਸਤਗੁਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਪਾਠ ਪੌੜੀ ਦਾ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਗੁਰੂ ਕੀ ਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਜੀ ਸਤ ਗੁਰ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਹੇ ਮਾਂ ਇਹ ਹੇ ਮਾਂ ਮਾਏ ਸ਼ਬਦ ਵਰਤਿਆ ਮੇਰੀ ਮਾਏ ਜਿਵੇਂ ਕਈ ਥਾਵਾਂ ਤੇ ਹੇ ਭਾਈ ਸ਼ਬਦ ਵੀ ਵਰਤੇ ਨੇ ਬਾਬਾ ਸ਼ਬਦ ਵੀ ਵਰਤੇ ਨੇ ਇਹ ਸੰਬੋਧਨ ਰੂਪ ਵਿੱਚ ਹੈ ਹੇ ਮੇਰੀ ਮਾਂ ਹੇ ਮੇਰੇ ਭਾਈ ਹੇ ਮੇਰੇ ਗੁਰਸਿੱਖ ਮਿੱਤਰੋ ਮੇਰੇ ਜੀਵਨ ਦੇ ਵਿੱਚ ਆਨੰਦ ਬਣ ਗਿਆ ਆਨੰਦ ਦਾ ਮਤਲਬ ਹੈ ਖੁਸ਼ੀ ਵਿਕਾਸ ਪੂਰਨ ਖਿਡਾਓ ਜੀ ਮੇਰੇ ਜੀਵਨ ਵਿੱਚ ਪੂਰਨ ਖਿਡਾਓ ਬਣ ਗਿਆ ਹੈ ਇਹ ਕਿਵੇਂ ਬਣਿਆ ਸਤਗੁਰੂ ਮੈਂ ਪਾਇਆ ਜਦੋਂ ਮੈਂ ਸਤਗੁਰੂ ਨੂੰ ਪਾ ਲਿਆ ਇੱਥੇ ਹੋਰ ਇੱਕ ਛੋਟੀ ਬੇਨਤੀ ਕਰ ਦਵਾਂ ਜੀ ਕਈ ਵਾਰੀ ਅਸੀਂ ਸ਼ਬਦ ਵਰਦੇ ਅਨੰਦ ਸ਼ਬਦ ਆਮ ਜੀਵਨ ਵਿੱਚ ਵਰਦੇ ਆਂ ਸਾਨੂੰ ਕੋਈ ਸੱਜਣ ਮਿਲਦਾ ਸੀ ਕਹਿੰਦੇ ਉਹਨੂੰ ਮਿਲ ਕੇ ਉਹਨਾਂ ਦਾ ਆ ਗਿਆ ਜੀ ਜੀ ਅੱਜ ਪ੍ਰਸ਼ਾਦਾ ਇਹਨਾਂ ਸਵਾਦ ਬਣਿਆ ਜੀ ਖਾ ਕੇ ਅਨੰਦ ਆ ਗਿਆ ਜੀ ਮਾੜੀ ਮਾੜੀ ਗੱਲ ਤੇ ਬਣਾਣਾ ਬੰਦਾ ਮਿਲਿਆ ਮੈਂ ਮੂਵੀ ਦੇਖੀ ਅਨੰਦ ਆ ਗਿਆ ਜੀ ਪੌਣ ਜੀ ਦੇਖੀ ਆਨੰਦ ਆ ਗਿਆ ਜੀ ਇਹਨਾਂ ਗੱਲਾਂ ਨਾਲ ਅਸੀਂ ਆਨੰਦ ਸਮਝ ਜਾਂਦੇ ਆ ਉਹ ਮਾੜੇ ਮੋੜੇ ਮਾੜੇ ਮਾੜੇ ਜਿਹੜੇ ਚਸਕੇ ਜੜੇ ਨੇ ਜਾਂ ਜੋ ਸਾਡੇ ਜੀਵਨ ਮਾੜੀ ਜੀ ਫੀਲਿੰਗ ਆਂਦੀ ਖੁਸ਼ੀ ਨਹੀਂ ਉਹਨੂੰ ਵੀ ਅਸੀਂ ਆਨੰਦ ਦੇ ਨਾਲ ਜੋੜਦੇ ਆ ਪਰ ਜਿਹੜਾ ਆਨੰਦ ਇੱਥੇ ਕਿਹਾ ਗਿਆ ਉਹ ਵੀ ਖੁਸ਼ੀ ਦੀ ਗੱਲ ਹੈ ਬਟ ਜਿਸ ਆਨੰਦ ਦੀ ਗੱਲ ਸਤਿਗੁਰੂ ਇੱਥੇ ਕਰਦੇ ਨੇ ਉਹ ਆਨੰਦ ਉਹ ਹੈ ਕਿ ਭਾਵੇਂ ਆਰਾ ਚੱਲਦਾ ਹੈ ਪਰ ਉਹ ਡੋਲਦੇ ਨਹੀਂ ਉਹ ਆਨੰਦ ਉਹ ਹੈ ਭਾਵੇਂ ਨੀਵਾ ਵਿੱਚ ਛੋਟੇ ਸਾਹਿਬ ਜੀ ਦੇ ਖੜੇ ਨੇ ਉਹ ਡੋਲਦੇ ਨਹੀਂ ਕਿ ਅਸੀਂ ਸੱਚ ਦੇ ਉੱਤੇ ਪੈਰਾ ਦੇਣਾ ਹੈ ਇਹ ਆਨੰਦ ਜੋ ਗੁਰੂ ਸਾਹਿਬ ਨੇ ਇੱਥੇ ਇਸ ਪੌੜੀ ਦੇ ਵਿੱਚ ਅਨੰਦੀ ਬਾਣੀ ਵਿੱਚ ਬਖਸ਼ਿਸ਼ ਕੀਤਾ ਹੈ ਉਹ ਆਨੰਦ ਹੈ ਕਿ ਮੇਰੇ ਜੀਵਨ ਦੇ ਵਿੱਚ ਸੱਚ ਨੂੰ ਕਮਾਉਣ ਵਾਸਤੇ ਮੈਨੂੰ ਹਿੰਮਤ ਮਿਲ ਗਈ ਹੈ ਭਾਵੇਂ ਕੋਈ ਵੀ ਅਵਸਥਾ ਹੋਵੇ ਮੈਂ ਸੱਚ ਤੋਂ ਟੁੱਟਣਾ ਨਹੀਂ ਸੱਚ ਦੇ ਨਾਲ ਜੁੜ ਕੇ ਮੈਨੂੰ ਇੰਨੀ ਖੁਸ਼ੀ ਮਿਲੀ ਹੈ ਕਿ ਇਹਦੇ ਵਾਸਤੇ ਮੈਂ ਸਭ ਕੁਝ ਨਿਉਚਾਵਰ ਕਰ ਸਕਦਾ ਹਾਂ ਇਸ ਅਵਸਥਾ ਦੀ ਗੱਲ ਇਸ ਅਨੰਦੀ ਗੱਲ ਸਤਗੁਰੂ ਇੱਥੇ ਕਰਦੇ ਨੇ ਇਹ ਮੇਰੀ ਮਾਂ ਮੇਰੇ ਜੀਵਨ ਦੇ ਵਿੱਚ ਖੁਸ਼ੀ ਬਣ ਗਈ ਹੈ ਪੁਰਨ ਖਿਡਾਓ ਬਣਿਆ ਹੈ ਤੇ ਕਿਵੇਂ ਬਣਿਆ ਸਤਗੁਰੂ ਮੇ ਪਾਇਆ ਜੀ ਜਦੋਂ ਮੈਂ ਗੁਰੂ ਨੂੰ ਮਿਲਿਆ ਕਿਸੇ ਸਾਧ ਨੂੰ ਕਿਸੇ ਬਾਬੇ ਨੂੰ ਕਿਸੇ ਦੇਦਾਰੀ ਨੂੰ ਕਿਸੇ ਸੋ ਕਾਲ ਤੀਰਤ ਤੇ ਜਾ ਕੇ ਇਸ਼ਨਾਨ ਕਰਕੇ ਅਨੰਦ ਨਹੀਂ ਬਣਿਆ ਸਗੋਂ ਉਹਨਾਂ ਤੇ ਜਾ ਕੇ ਤਾਂ ਮੈਂ ਖੁਆਰ ਹੋਇਆ ਪਾਵਨ ਬਾਣੀ ਵਿੱਚ ਬਚਨ ਆਖ ਦਿੱਤੇ ਸਤਗੁਰੂ ਨੇ ਰਿਹਾ ਸੰਤ ਹੋ ਟੇਉ ਟੋਲ ਸਾਧ ਬਹੁਤੇਰੇ ਡਿੱਠੇ ਸੰਿਆਸੀ ਤਪਸਹੀ ਮੁਖੋਏ ਪੰਡਿਤ ਮਿੱਠੇ ਅਨਬਸ ਇੱਕੋ ਫਿਰੋਕੀ ਨਾ ਪਰਚੋ ਲਾਇਆ ਕਹਿਤਾਂ ਕਹਿਤ ਸੁਣੀ ਰਹਤ ਕੋ ਖੁਸ਼ੀ ਨਾ ਆਇਓ ਪਰ ਗੁਰ ਦਈ ਮਿਲਾਇਓ ਪਿਖਿਆ ਜਦੋਂ ਹਿਮਾਲਕ ਤੂੰ ਮੈਨੂੰ ਗੁਰੂ ਮਿਲਾ ਦਿੱਤਾ ਭਗਤ ਜਿਹੜੇ ਪਟ ਪੀਖਾ ਜੀ ਉਹ ਕਹਿੰਦੇ ਨੇ ਜਦੋਂ ਮੈਨੂੰ ਗੁਰੂ ਮਿਲਾਇਆ ਤਾਂ ਮੇਰੇ ਮਨ ਨੂੰ ਸ਼ਾਂਤੀ ਆ ਗਈ ਮੇਰਾ ਮਨ ਟਿਕਾਉ ਵਿੱਚ ਆਗਾ ਸ਼ੀਤਲਤਾ ਮਿਲ ਗਈ ਨਹੀਂ ਤਾਂ ਮੈਂ ਭਟਕਦਾ ਫਿਰਦਾ ਸੀ ਸਤਗੁਰ ਕਹਿੰਦੇ ਨੇ ਇਹ ਗੱਲ ਜਦੋਂ ਮੈਨੂੰ ਸਤਗੁਰੂ ਮਿਲ ਪਏ ਸਤਗੁਰੂ ਕੌਣ ਹੈ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰੂ ਹੈ ਬਾਣੀ ਸ਼ਬਦ ਉਪਦੇਸ਼ ਤੇ ਜਦੋਂ ਮੈਨੂੰ ਗੁਰੂ ਦਾ ਉਪਦੇਸ਼ ਗੁਰੂ ਦਾ ਗਿਆਨ ਮਿਲਿਆ ਹੈ ਮੈਨੂੰ ਮਾਫ ਕਰ ਦੇਣਾ ਕਿ ਜੇ ਸਾਡੇ ਘਰ ਵਿੱਚ ਗੁਰਗੰਸਾਹਿਬ ਵੀ ਰੱਖਿਆ ਹੋਵੇ ਪਰ ਸਾਨੂੰ ਗੁਰਗੰਸਾਹਿਬ ਦੀ ਮਤ ਨਹੀਂ ਆਈ ਤਾਂ ਮਾਫ ਕਰ ਦੇਣਾ ਗੁਰਗੰਸਾਹਿਬ ਸਾਨੂੰ ਮਿਲੇ ਨਹੀਂ ਹੈਗੇ جے اسی اپنے ਕਰਵਿਚ ਗੁਰਗਨ ਸਾਹਿਬ ਰਖ ਲਿਆ ਸਾਨੂੰ ਪ੍ਰਕਾਸ਼ ਕਰਨਾ ਨਹੀਂ ਆਇਆ ਫਿਰ ਵੀ ਅਸੀਂ ਨੌਕਰ ਰੱਖੇ ਤੇ ਪ੍ਰਕਾਸ਼ ਕਰਨ ਵਾਸਤੇ 2000 ਰੁਪਏ ਦੇ ਕੇ 4000 ਰੁਪਏ ਦੇ ਕੇ ਬੰਦਾ ਆਏ ਸਵੇਰ ਨੂੰ ਪ੍ਰਕਾਸ਼ ਕਰ ਜਾਏ ਸਾਹਮਣੂ ਸੁਕਾਸਨ ਕਰ ਜਾਏ ਤੇ ਫਿਰ ਉਸਗੁਮਿੰਦਾ ਪਾਠ ਕਰ ਜਾਏ ਮੈਨੂੰ ਮਾਫ ਕਰਿਓ ਉਹਨੂੰ ਗੁਰੂ ਨਹੀਂ ਮਿਲਿਆ ਗੁਰੂ ਮਿਲਿਆ ਭਾਵੇਂ ਕਰਵਿਚ ਗੁਰਗਨ ਸਾਹਿਬ ਨਹੀਂ ਹੈ ਉਹਨੇ ਗੁਰੂ ਜੀ ਇੱਕ ਸਿੱਖਿਆ ਲੈ ਲਈ ਇੱਕ ਸ਼ਬਦ ਸਿੱਖ ਲਿਆ ਉਹਦੇ ਨਾਲ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ ਉਸ ਬੰਦੇ ਨੂੰ ਗੁਰੂ ਮਿਲ ਪਿਆ ਹੈ ਠੀਕ ਬਿਲਕੁਲ ਜੀ ਸਿੱਖ ਦਾ ਗੁਰੂ ਜੋ ਹੈ ਉਹ ਸ਼ਬਦ ਹੈਗਾ ਐਂਡ ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਤੇ ਅੱਜ ਅਸੀਂ ਅਜਾਈ ਹੀ ਇੱਧਰ ਉੱਧਰ ਭਜਦੇ ਨਸਦੇ ਆਂ ਤੇ ਬਹੁਤ ਸਾਰੇ ਸਾਡੇ ਆਪਣੇ ਭਾਈਚਾਰੇ ਚੋਂ ਲੋਕ ਬਾਬਿਆਂ ਨਾਲ ਜੁੜ ਗਏ ਕੋਈ ਹੋਰ ਸੰਪਰਦਾ ਨਾਲ ਜੁੜ ਗਏ ਕਿਤੇ ਹੋਰ ਚਲੇ ਗਏ ਗੱਲ ਉਹ ਵੀ ਕਹਿੰਦੇ ਨੇ ਸਹਾਰਾ ਗੁਰੂ ਗ੍ਰੰਥ ਸਾਹਿਬ ਜੀ ਲਿਆ ਜਾਂਦਾ ਲੇਕਿਨ ਅਫਸੋਸ ਦੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਨੂੰ ਫਿਰ ਸਾਈਡ ਲਾਈਨ ਕਰ ਦਿੱਤਾ ਜਾਂਦਾ ਤੇ ਆਪਣੀ ਮਹੱਤਾ ਜਿਹੜੀ ਉਸ ਨੂੰ ਅੱਗੇ ਲਾ ਦਿਆ ਜਾਂਦਾ ਸੋ ਇਸ ਕਰਕੇ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਸਿੱਖ ਜੋ ਹੈ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿਰ ਝੁਕਾਂਦਾ ਹੈ ਅਤੇ ਉਸ ਦਾ ਗੁਰੂ ਸਿਰਫ ਸ਼ਬਦ ਹੈਗਾ ਬਿਲਕੁਲ ਜੀ ਰਾਈਟ ਤੇ ਸਤਗੁਰੂ ਕਹਿੰਦੇ ਨੇ ਮੈਨੂੰ ਬਾਣੀ ਗੁਰੂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅੱਜ ਸਾਡੇ ਕੋਲ ਤੇ ਮੈਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਤੋਂ ਸੱਚ ਦਾ ਉਪਦੇਸ਼ ਮਿਲ ਗਿਆ ਹੈ ਮੇਰੇ ਜੀਵਨ ਵਿੱਚ ਸੁਖ ਬਣ ਗਿਆ ਅਤੇ ਨਾਲ ਗੁਰੂ ਅਮਰਦਾਸ ਸਾਹਿਬ ਜੀ ਜੀਵਨ ਤੋਂ ਸਿੱਖਿਆ ਲਈਏ ਉਹਨਾਂ ਦੇ ਇਤਿਹਾਸ ਤੋਂ ਗੁਰੂ ਨੂੰ ਮਿਲਣ ਤੋਂ ਪਹਿਲਾਂ ਗੁਰੂ ਅਮਰਦਾਸ ਸਾਹਿਬ ਮਹਾਰਾਜ 20 ਵਾਰ 21 ਵਾਰ ਇਤਿਹਾਸਕਾਰ ਲਿਖਦੇ ਨੇ ਕਿ ਗੰਗਾ ਦੀ ਯਾਤਰਾ ਕਰਨ ਵਾਸਤੇ ਗਏ ਜੀ ਪਰ ਮਨ ਨੂੰ ਸੁਖ ਨਹੀਂ ਮਿਲਿਆ ਸ਼ਾਂਤੀ ਨਹੀਂ ਮਿਲੀ ਪਰ ਜਿਸ ਵੇਲੇ ਗੁਰੂ ਆਪਣੇ ਅੰਗਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਉਹਨਾਂ ਤੋਂ ਸੱਚ ਦਾ ਉਪਦੇਸ਼ ਪ੍ਰਾਪਤ ਕੀਤਾ ਉਸ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਹਰਿਦਵਾਰ ਵੱਲ ਮੂਹਨ ਕੀਤਾ ਜੀ ਉਹ ਦਰਨਿੰਗ ਯਾਤਰਾ ਕਰਨ ਵਾਸਤੇ ਜੇ ਗਏ ਤਾਂ ਉਹ ਜਿਹੜਾ ਕਮ ਪਹਿਲਾਂ ਆਪ ਕਰਦੇ ਸਨ ਉਸ ਤੋਂ ਲੋਕਾਂ ਨੂੰ ਵਰਜਣ ਵਾਸਤੇ ਗਏ ਭਾਈ ਮੈਂ ਇੱਥੇ 20 ਵਾਰੀ ਖੁਆਰ ਹੋ ਚੁੱਕਿਆ ਠੀਕ 20 ਵਾਰ ਯਾਤਰਾ ਕੀਤੀ ਆਪਣੇ ਜੀਵਨ ਦਾ ਬੜਾ ਕੀਮਤੀ ਸਮਾਂ ਇਸ ਪਾਸੇ ਮੈਂ ਲਾ ਦਿੱਤਾ ਪਰ ਮੈਨੂੰ ਕੁਝ ਨਹੀਂ ਮਿਲਿਆ ਪਰ ਅੱਜ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਨੂੰ ਮੱਥਾ ਟੇਕਣ ਵਾਲੇ ਅਨੰਦ ਸਾਹਿਬ ਦੀ ਬਾਣੀ ਪੜਨ ਵਾਲੇ ਗੁਰਸਿੱਖ ਜਿਹੜੇ ਨੇ ਉਹ ਵੀ ਇਹ ਕਹਿੰਦੇ ਸੁਣੇ ਜਾਂਦੇ ਨੇ ਫਲਾਣੀ ਤਿਰੱਤੇ ਜਾਣਾ ਫਲਾਣੀ ਯਾਤਰਾ ਕਰਨ ਜਾਣਾ ਉੱਥੇ ਜਾ ਕੇ ਸਾਨੂੰ ਸੁੱਖ ਮਿਲੇਗਾ ਹੋਰ ਹਦ ਇਹ ਹੋ ਗਈ ਕਿ ਹੁਣ ਪਿੱਛੇ ਕੁੰਮ ਦਾ ਮੇਲਾ ਸੀਗਾ ਜੀ ਤੇ ਉਹਦੇ ਵਿੱਚ ਐਸਜੀਪੀਸੀ ਜਿਹੜੀ ਹੈ ਉਹ ਸ਼ਿਰਕਤ ਕਰਨ ਵਾਸਤੇ ਗਈ ਤੁਸੀਂ YouTube ਤੇ ਵੀ ਫੋਟੋ ਦੇਖ ਸਕਦੇ ਹੋ ਖਾਸਾ ਨਹੀਂ ਉੱਤੇ ਦੇਖ ਸਕਦੇ ਹੋ ਕਿ ਸਿੱਖ ਜਿਹੜੇ ਨੇ ਕਿਰਪਨਾ ਲਾਈਆਂ ਹੋਈਆਂ ਨੇ ਤੇ ਕੇਸ ਖਿਲਾਾਰੇ ਹੋਏ ਨੇ ਸਿੱਖਾਂ ਦੀ ਬੇਇੱਜ਼ਤੀ ਕਰ ਰਹੇ ਨੇ ਉੱਥੇ ਜਾ ਕੇ ਇਸ਼ਨਾਨ ਕਰਕੇ ਉਹ ਸੁਖ ਪ੍ਰਾਪਤ ਕਰ ਰਹੇ ਨੇ ਜਿਹੜੇ ਗੁਰੂ ਪਾਤਸ਼ਾਹ ਦੀ ਬਾਣੀ ਪੜਨ ਵਾਲੇ ਲੋਕ ਇਹਨਾਂ ਪਖੰਡਾਂ 'ਚ ਪਏ ਨੇ ਤੇ ਗੁਰੂ ਅਰਜਨ ਦੇਵ ਜੀ ਗੁਰਬਾਣੀ ਕਿਦੀ ਵਿਚਾਰੀ ਨਹੀਂ ਪ੍ਰੋਬਲਮ ਇਹ ਪੈ ਗਈ ਕਿ ਗੁਰਬਾਣੀ ਨੂੰ ਵਿਚਾਰਿਆ ਨਹੀਂ ਜਿਸ ਕਰਕੇ ਇਹ ਸਾਰੀ ਸਮੱਸਿਆ ਆਈ ਜੀ ਜੀ ਤੇ ਸਤਗੁਰ ਕਹਿੰਦੇ ਨੇ ਭਾਈ ਜਦੋਂ ਮੈਨੂੰ ਗੁਰੂ ਮਿਲਿਆ ਤਾਂ ਮੇਰਾ ਮਨ ਜਿਹੜਾ ਹੈ ਉਹ ਅਡੋਲ ਹੋ ਗਿਆ ਤੇ ਮੇਰੇ ਮਨ ਵਿੱਚ ਖੁਸ਼ੀ ਬਣ ਗਈ ਆਨੰਦ ਬਣ ਗਿਆ ਸਤਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਸਤਗੁਰੂ ਮੈਨੂੰ ਮਿਲਿਆ ਕਿਵੇਂ ਸਹਿਜ ਦੇ ਨਾਲ ਸਹਿਜ ਦਾ ਮਤਲਬ ਅਡੋਲਤਾ ਮੈਂ ਹੁਣ ਗੁਰੂ ਤੇ ਵਿਸ਼ਵਾਸ ਕਰ ਲਿਆ ਕਿ ਜੋ ਗੁਰੂ ਨੇ ਮੈਨੂੰ ਰਸਤਾ ਦੱਸਿਆ ਉਸੇ ਤੇ ਚੱਲਣਾ ਹੈ ਹੁਣ ਮੈਂ ਡੋਲਦਾ ਨਹੀਂ ਮੇਰਾ ਮਨ ਪਹਿਲਾਂ ਕਹਿੰਦਾ ਸੀ ਇੱਧਰ ਭੱਜ ਜਾਵਾਂ ਇੱਧਰ ਭੱਜ ਜਾਵਾਂ ਕਿਸੇ ਬਾਬੇ ਨੂੰ ਮੱਥਾ ਟੇਕਦਾਵਾਂ ਕਿਸੇ ਜੋਤਸੀ ਕੋਲ ਚਲ ਜਾਵਾਂ ਜਾਂ ਕਿਸੇ ਪਖੰਡੀ ਕੋਲ ਚਲ ਜਾਵਾਂ ਜਾਂ ਕੋਈ ਹੋਰ ਕੰਮ ਕਰ ਲਵਾਂ ਮੈਂ ਓਗੁਣਾਂ ਚ ਪੈ ਜਾਵਾਂ ਮੈਂ ਚੰਗੇ ਪਾਸੇ ਲੱਗ ਹੁਣ ਇਹ ਵਿਚਾਰ ਮੁੱਕ ਗਈ ਹੈ ਹੁਣ ਦੁਬਿਧਾ ਖਤਮ ਹੋ ਗਈ ਮੈਂ ਅਡੋਲਤਾ ਵਿੱਚ ਆ ਗਿਆ ਹਾਂ ਤੇ ਗੁਰੂ ਨੂੰ ਮਿਲ ਪਿਆ ਹਾਂ ਅਡੋਲਤਾ ਵਿੱਚ ਆ ਕੇ ਗੁਰੂ ਤੇ ਪੂਰਨ ਵਿਸ਼ਵਾਸ ਕਰਕੇ ਹੁਣ ਮੇਰੇ ਜੀਵਨ ਵਿੱਚ ਮੈਨੂੰ ਗੁਰੂ ਦਾ ਸ਼ਬਦ ਗੁਰੂ ਦੀ ਸਿੱਖਿਆ ਮਿਲ ਗਈ ਹੈ ਤੇ ਕਿਉਂਕਿ ਗੁਰੂ ਜੋ ਹੈ ਉਹ ਹੈ ਹੀ ਅਡੋਲਤਾ ਦਾ ਸੋਮਾ ਸ਼ਾਂਤੀ ਤੇ ਅਡੋਲਤਾ ਸੋਮਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਰਾਮਕਲੀ ਰਾਗ ਵਿੱਚ ਬਚਨ ਨੇ ਗੁਰ ਪਾਤਸ਼ਾਹ ਕਹਿੰਦੇ ਨੇ ਸਤਗੁਰ ਸਹਜ ਦਾ ਖੇਤ ਹੈ ਭਾਈ ਗੁਰੂ ਸਹਜ ਦਾ ਜਿਵੇਂ ਕੋਈ ਖੇਤ ਹੋਵੇ ਨਾ ਜ਼ਮੀਨ ਹੋਵੇ ਗੁਰੂ ਸਹਜ ਦਾ ਸੋਮਾ ਹੈ ਸ਼ਾਂਤੀ ਦਾ ਸੋਮਾ ਹੈ ਜਿਸ ਨੂੰ ਲਾਏ ਪਾਓ ਜਿਸ ਨੂੰ ਗੁਰੂ ਦਾ ਪਿਆਰ ਮਿਲ ਜਾਏ ਉਹ ਮਨ ਇਸ ਸਹਜ ਦੇ ਖੇਤ ਦੇ ਨਾਲ ਜੁੜ ਜਾਂਦਾ ਤੇ ਉਹਦੇ ਮਨ ਵਿੱਚ ਹੀ ਖੇੜਾ ਵਿਕਾਸ ਪੈਦਾ ਹੋ ਜਾਂਦਾ ਹੈ ਰਾਈਟ ਮਨ ਵਜੀਆਂ ਵਧਾਈਆਂ ਗੁਰੂ ਨੂੰ ਮਿਲ ਕੇ ਮੇਰੇ ਮਨ ਵਿੱਚ ਵਧਾਈ ਮੇਰੇ ਮਨ ਵਿੱਚ ਚਾ ਆ ਗਿਆ ਖੁਸ਼ੀ ਪ੍ਰਾਪਤ ਹੋਈ ਤੇ ਐਸੀ ਖੁਸ਼ੀ ਬਣੀ ਜਿਵੇਂ ਕਿ ਲੋਕ ਖੁਸ਼ੀ ਦੇ ਵਿੱਚ ਸਮਝਦੇ ਨੇ ਕਿ ਉਦੋਂ ਵਾਜੇ ਵੱਜਦੇ ਨੇ ਨਾਜ਼ ਗਾਣੇ ਕਰਦੇ ਨੇ ਤੇ ਕਹਿੰਦੇ ਨੇ ਗੁਰੂ ਨੂੰ ਮਿਲ ਕੇ ਐਸੀ ਖੁਸ਼ੀਵੰਗੀ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਭਾਵੇਂ ਕਿ ਮੇਰੇ ਜੀਵਨ ਵਿੱਚ ਅਡੋਲਤਾ ਦੇ ਨਾਲ ਟਿਕ ਕੇ ਇੱਕ ਖੁਸ਼ੀ ਦਾ ਮਾਹੌਲ ਖੁਸ਼ੀ ਦਾ ਸਮਾਗਮ ਬਣ ਗਿਆ ਜਿਹਦੇ ਵਿੱਚ ਅਨੇਕਾਂ ਤਰ੍ਹਾਂ ਦੇ ਰਾਗ ਵੱਜ ਰਹੇ ਭਾਵੇਂ ਕਿ ਮੈਂ ਅਨੰਤ ਤ੍ਰਿਪਤ ਹੋ ਗਿਆ ਹਾਂ ਸ਼ਬਦੋਤਾ ਗਾਵੋ ਗੁਰੂ ਕੇ ਰਾਗੁਨ ਵਜੀਆਂ ਵਾਹੇ ਭਾਈ ਤੁਸੀਂ ਵੀ ਉਸ ਸ਼ਬਦ ਦਾ ਗੁਰੂ ਦਾ ਸ਼ਬਦ ਗਾਓ ਗੁਰਦੇ ਸ਼ਬਦ ਦੇ ਨਾਲ ਜੁੜੋ ਜਿਹਦੇ ਕਰਕੇ ਮਨ ਵਿੱਚ ਖੁਸ਼ੀ ਬਣਦੀ ਹੈ ਤੇ ਜਿਸਨੇ ਮਨ ਵਿੱਚ ਸ਼ਬਦ ਵਸਾਇਆ ਉਸ ਮਨੁੱਖ ਦਾ ਜੀਵਨ ਆਨੰਦਿਤ ਹੋ ਗਿਆ ਹੈ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਪਾਸਾ ਕਹਿੰਦੇ ਨੇ ਏ ਭਾਈ ਮੇਰੇ ਜਿਵੇਂ ਇਸ ਤਰ੍ਹਾਂ ਬਣਿਆ ਕਿਉਂਕਿ ਮੈਨੂੰ ਗੁਰਬਾਣੀ ਸ਼ਬਦ ਮਿਲ ਗਿਆ ਹੈ ਉਹ ਵਾਲਾ ਬਣ ਗਿਆ ਹਾਂ ਬੜਾ ਬਾਤ ਬਧਨਵਾਦ ਜੀ ਪਹਿਲੀ ਪੌੜੀ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਉਸ ਦੀ ਵਿਆਖਿਆ ਕਰਕੇ ਸੁਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਭਾਈ ਸਾਹਿਬ ਭਾਈ ਸ਼ਰਨਜੀਤ ਸਿੰਘ ਜੀ ਨੇ ਜਿਹੜੀ ਇਹ ਯਾਤਰਾ ਸ਼ੁਰੂ ਕੀਤੀ ਹੈਗੀਏ ਆਪਣੇ ਅੰਦਰ ਸੈਲਫ ਅਨਾਲਿਸਿਸ ਦੀ ਜੋ ਅਨੰਦ ਸਾਹਿਬ ਦੇ ਦੁਆਰਾ ਗੁਰੂ ਸਾਹਿਬ ਉਪਦੇਸ਼ ਕਰ ਰਹੇ ਨੇ ਇਸ ਨੂੰ ਸੀ ਅਗਲੇ ਹਫਤੇ ਤੁਹਾਡੇ ਨਾਲ ਇਸ ਦੀ ਸਾਂਝ ਪਾਵਾਂਗੇ ਜੇਕਰ ਤੁਹਾਡੇ ਕੋਲ ਕੋਈ ਸਵਾਲ ਹੋਵੇ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ 604 603 7555 ਜਾਂ ਫਿਰ ਈਮੇਲ ਰਾਹੀਂ harpreet@kaltv.com ਧੰਨਵਾਦ ਹੈ ਅਸੀਂ ਆਪਣੇ ਸਪਾਂਸਰਸ ਅਤੇ ਐਡਵਰਟਾਈਜ਼ਰਸ ਦੇ ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਨੇ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੋ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰਨਾ ਲੈਣਾ ਆ ਗਿਆ ਫਿਰ ਮੁਲਾਕ